ਪਟਿਆਲਾ ਪੁਲਿਸ ਹੈਜ਼ ਕੋਟ 3 ਗੈਂਗਸਟਰਸ ਡਿਊਰਿੰਗ ਦਾ ਬਲੋਕੇਡ ਔਨ ਰਾਜਪੁਰਾ ਸਰਹੰਦ ਰੋਡ। ਪੁਲਿਸ ਰਿਕਵਰਡ 3 ਪਿਸਟਲਸ ਐਂਡ 8 ਲਾਈਵ ਕਾਰਟ੍ਰੇਜਸ ਫਰੋਮ ਦੈਮ। ਦ ਅਰੈਸਟਡ ਗੈਂਗਸਟਰਸ ਆਰ ਐਸੋਸੀਏਟਡ ਵਿਦ ਦ ਕਨਾਡਾ ਬੇਸਡ ਗੈਂਗਸਟਰ ਗੋਲਡੀ ਢਿੱਲੋਂ। ਗੋਲਡੀ ਢਿੱਲੋਂ ਇਜ਼ ਕਲੋਜ਼ ਟੂ ਗੈਂਗਸਟਰ ਗੋਲਡੀ ਬਰਾੜ ਹੂ ਲਿਵਸ ਇਨ ਕਨਾਡਾ। ਦ 3 ਕੌਟ ਗੈਂਗਸਟਰਸ ਵਰ ਗੋਇੰਗ ਟੂ ਕਮਿਟ ਦ ਕ੍ਰਾਈਮ ਸਮਵੇਅਰ ਬਟ ਦ ਪੁਲਿਸ ਨੈਬਡ ਦੈਮ। ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੇਠ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਸਮਾਜ ਵਿਰੋਧੀ ਅਨਸਰ ਅਤੇ ਕ੍ਰਿਮੀਨਲ ਅਨਸਰ ਜਿਹੜੇ ਗੈਂਗਸਟਰ ਹੈਗੇ ਆ ਉਹਨਾਂ ਵਿਰੁੱਧ ਪਹਿਲਾਂ ਵੀ ਕਾਰਵਾਈ ਕਰਦੀ ਰਹੀ ਆ। ਉਸੇ ਲੜੀ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਗੈਂਗ ਵਾਰ ਜਿਹੜੀ ਕਿ ਬਾਹਰ ਦੇ ਮੁਲਕ 'ਚ ਬਹਿ ਕੇ ਰਚੀ ਜਾ ਰਹੀ ਸੀ। ਇਹਦੇ 'ਚ ਦੋ ਗਰੁੱਪਸ ਨੇ, ਇੱਕ ਗੁਰਵਿੰਦਰ ਸਿੰਘ ਸਿੱਧੂ ਗਰੁੱਪ ਆ ਜਿਹੜਾ USA ਬੇਸਡ ਗੈਂਗਸਟਰ ਗਰੁੱਪ ਆ, ਇੱਕ ਗੋਲਡੀ ਢਿੱਲੋਂ ਗਰੁੱਪ ਆ ਜਿਹੜਾ USA ਬੇਸਡ ਗੈਂਗਸਟਰ ਗਰੁੱਪ ਆ। ਇਹਨਾਂ ਦੋਨਾਂ ਗਰੁੱਪਸ ਦੀ ਆਪਸ 'ਚ ਗੈਂਗ ਰਾਈਵਲਰੀ ਸੀਗੀ ਅਤੇ ਇੱਕ ਦੂਜੇ ਦੇ ਬੰਦਿਆਂ ਨੂੰ ਇਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ। ਅਸੀਂ ਇਸ ਮੋਡਿਊਲ ਨੂੰ ਬਰਸਟ ਕਰਦੇ ਹੋਏ 3 ਮੁਲਜ਼ਮ ਅਰੈਸਟ ਕੀਤੇ ਆ ਅਤੇ ਉਹਨਾਂ ਤੋਂ 3 ਸੋਫਿਸਟੀਕੇਟਡ ਫਾਇਰ ਆਰਮ ਰਿਕਵਰ ਕੀਤੇ ਆ, 30 ਪਿਸਟਲ ਜਿਹੜੇ ਆ। ਇਹਨਾਂ ਦਾ ਆਪਸੀ ਗਰੁੱਪਾਂ ਦੀ ਕਾਫੀ ਲੰਬੇ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ ਅਤੇ ਇਹਨਾਂ ਨੇ, ਗੁਰਵਿੰਦਰ ਸਿੱਧੂ ਗਰੁੱਪ ਨੇ ਗੋਲਡੀ ਢਿੱਲੋਂ ਗਰੁੱਪ ਦੇ ਕਿਸੇ ਬੰਦੇ ਦਾ ਇੱਥੇ ਮਰਡਰ ਕਰਾਉਣ ਲਈ ਆ ਅਸਲੇ ਜਿਹੜੇ ਮੁਹੱਈਆ ਕਰਾਏ ਸੀ। ਇਹਨਾਂ ਦੀ ਅਰੈਸਟ ਨਾਲ ਨਾਲੇ ਤੇ ਮੋਡਿਊਲ ਬਰਸਟ ਹੋਇਆ, ਨਾਲੇ ਜਿਹੜੀ ਕਿਸੇ ਸਨਸਨੀ ਖੇਜ਼ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਉਹਨੂੰ ਵੀ ਪਟਿਆਲਾ ਪੁਲਿਸ ਨੇ ਟਾਲਿਆ। ਇਹਦੇ 'ਚ SPD ਯੋਗੇਸ਼ ਸ਼ਰਮਾ, DSP ਰਾਜਪੁਰਾ ਵਿਕਰਮ ਬਰਾੜ ਅਤੇ ਇੰਚਾਰਜ ਸਪੈਸ਼ਲ ਸੈੱਲ ਰਾਜਪੁਰਾ ਹੈਰੀ ਬੋਪਾ ਰਾਏ ਦੀ ਟੀਮਾਂ ਨੇ ਬੜੀ ਮਿਹਨਤ ਕਰਦੇ ਹੋਏ ਇਹ 3 ਦੋਸ਼ੀ ਅਰੈਸਟ ਕੀਤੇ, ਜਿਹਦੇ ਬਾਬਤ 25 ਨੰਬਰ ਮੁਕ੦ਮਾ ਥਾਣਾ ਸਦਰ ਰਾਜਪੁਰੇ 'ਚ ਦਰਜ ਆ। ਇਹ 3 ਅਸਲੇ ਸਾਨੂੰ ਇਹਦੇ 'ਚ ਰਿਕਵਰ ਹੋਏ ਆ। ਇਹਨਾਂ ਦੀ ਰਿਮਾਂਡ ਲੈ ਕੇ ਹੋਰ ਬੜੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਤਾਂ ਕਿ ਹੋਰ ਵੀ ਗੈਂਗ ਮੈਂਬਰ ਜਿਹੜੇ ਬਾਹਰ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ 'ਤੇ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹਦੀ ਵੀ ਤਹਿ ਤੱਕ ਪਹੁੰਚਿਆ ਜਾ ਸਕੇ। ਇਹਨਾਂ 'ਤੇ ਪਹਿਲਾਂ ਵੀ ਇਹਨਾਂ ਨੇ ਇੱਕ ਫਾਇਰਿੰਗ ਕੀਤੀ ਸੀ। ਇਹ 3 ਮੁਲਜ਼ਮ ਨੇ ਜੀ, ਇੱਕ ਗੁੱਲੂ ਹੈਗਾ ਗੁਲਸ਼ਨ ਕੁਮਾਰ, ਇੱਕ ਜਿਹੜਾ ਰੋਹਿਤ ਕੁਮਾਰ ਅਤੇ ਇੱਕ ਸ਼ਮਸ਼ੇਰ ਸ਼ੇਰਾ ਜਿਹੜਾ ਤਰਨ ਤਾਰਨ ਏਰੀਏ ਦਾ ਰਹਿਣ ਵਾਲਾ। ਇਹਨਾਂ ਨੇ ਬੀਤੇ ਸਾਲ ਵੀ ਇੱਕ ਜਿਹੜਾ ਪ੍ਰੋਪਰਟੀ ਡੀਲਰ ਆ ਉਹਦੇ ਘਰ ਦੇ ਉੱਪਰ ਫਾਇਰਿੰਗ ਕੀਤੀ ਸੀ ਗੋਲਡੀ ਢਿੱਲੋਂ ਦੇ ਇਸ਼ਾਰਿਆਂ 'ਤੇ, ਉਹਦੇ 'ਚ ਵੀ ਇਹਨੂੰ ਗ੍ਰਿਫਤਾਰ ਕੀਤਾ ਸੀ, ਇਹ ਜ਼ਮਾਨਤ 'ਤੇ ਆਇਆ ਸੀ। ਅਤੇ ਇਹ ਬੜੀ ਜਿਹੜੀ ਕੋਈ ਸਨਸਨੀ ਖੇਜ਼ ਇਹਨਾਂ ਨੇ ਮਰਡਰ ਕਰਨਾ ਸੀ ਉਹਨੂੰ ਵੀ ਅੰਜਾਮ ਦੇਣ ਤੋਂ ਰੋਕਿਆ ਜਾ ਸਕਿਆ। ਅਤੇ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਅਸੀਂ ਇੰਸ਼ੋਰ ਕਰਾਂਗੇ ਕਿ ਕਿਸੇ ਵੀ ਗੈਂਗਸਟਰ ਅਤੇ ਕ੍ਰਿਮੀਨਲ ਦੀ ਮੂਵਮੈਂਟ ਜਿਹੜੀ ਆ ਉਹ ਪਟਿਆਲੇ ਜ਼ਿਲ੍ਹੇ 'ਚ ਬਿਲਕੁਲ ਨਾ ਹੋਵੇ। ਸਰ ਇਹਨਾਂ ਦੀ ਉਮਰ ਕਿੰਨੀ ਕੁ ਸੀਗੀ ਸਰ? ਇਹ ਸਾਰੇ ਸਾਰੇ ਨੌਜਵਾਨ ਨੇ ਜੀ, ਇਹਨਾਂ ਦੀ 25 ਸਾਲ ਤੋਂ ਘੱਟ ਉਮਰ ਆ ਸਾਰਿਆਂ ਦੀ ਅਤੇ ਸਾਰਿਆਂ ਦਾ ਕ੍ਰਿਮੀਨਲ ਪਿਛੋਕੜ ਆ ਅਤੇ ਇਹਨਾਂ ਨੇ ਬਾਹਰ ਬੈਠੇ ਗੈਂਗਸਟਰ ਦੇ ਇਸ਼ਾਰਿਆਂ 'ਤੇ ਕਿਸੇ ਵੱਡੀ ਵਾਰਦਾਤ ਨੂੰ ਪਟਿਆਲੇ 'ਚ ਅੰਜਾਮ ਦੇਣਾ ਸੀ। ਕਰਦੇ ਕਿਸੇ ਕਿਸੇ ਇਹ ਬੇਰੁਜ਼ਗਾਰ ਨੇ। ਉਹ ਦੇਖੋ ਜੀ, ਉਹ ਅਸੀਂ ਹਰ ਵਾਰੀ ਫਾਰਵਰਡ ਅਤੇ ਬੈਕਵਰਡ ਲਿੰਕੇਜ ਸਾਰੇ ਐਗਜ਼ਾਮਿਨ ਕਰਦੇ ਹਾਂ ਕਿ ਵੈਪਨ ਕਿੱਥੋਂ ਲੈ ਕੇ ਆਏ ਸੀ, ਕਿਹੜੇ ਕੰਮ ਲਈ ਵਰਤਣੇ ਸੀ, ਕਿਉਂਕਿ ਵੈਪਨਾਂ ਦੀ ਕੁਆਲਿਟੀ ਬੜੀ ਵਧੀਆ ਹੈ। ਅਤੇ ਇਹਨਾਂ ਤੋਂ ਜਿਹੜਾ ਇੱਕ ਜਾਲੀ RC ਬਣਾਈ ਹੋਈ ਫੋਰਡ ਆਈਕਨ ਗੱਡੀ ਆ ਜਿਹੜੀ ਹਰਿਆਣਾ ਨੰਬਰ ਦੀ, ਉਹਦੀ ਵੀ ਉਹ ਵੀ ਬਰਾਮਦ ਅਸੀਂ ਕੀਤੀ ਹੈ। ਉਹਦੀ RC ਜਾਲੀ ਸੀਗੀ ਅਤੇ ਜਾਲੀ ਨੰਬਰ ਦੀ ਗੱਡੀ 'ਚ 3 ਅਸਲੇ, ਮਤਲਬ ਇਹਨਾਂ ਨੇ ਜ਼ਰੂਰ ਕਿਸੇ ਨਾ ਕਿਸੇ ਸਨਸਨੀ ਖੇਜ਼ ਵਾਰਦਾਤ ਨੂੰ ਅੰਜਾਮ ਦੇਣਾ ਸੀ, ਜਿਹੜਾ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਟਾਲਿਆ।